ਸਵੇਰੇ ਸਵੇਰੇ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ, ਬੜਾ ਚੰਗਾ ਲੱਗਿਆ, ਬੜਾ ਠੋਕ ਕੇ ਉਹਨਾਂ ਨੇ ਗੱਲ ਕਹੀ ਕਿ ਮੈਂ ਇਹੋ ਜਿਹੀਆਂ ਕੁਰਸੀਆਂ ਨੂੰ ਲੱਤ ਮਾਰਦਾ, ਭਾਵਾਂ ਫਲਾਨਾ ਧੋਕਾ, ਜੇ ਮੈਂ ਪੰਜਾਬ ਦੇ ਲੋਕਾਂ ਨਾਲ ਖੜਾ, ਪੰਜਾਬ ਵਾਸੀਆਂ ਨਾਲ ਖੜਾ, ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ, ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ, ਪਰ ਮੈਂ ਇੱਕ ਵੀ ਸ਼ੁਭ ਕਰਨ ਮਰਨ ਨਹੀਂ ਦੇਣਾ। ਸ਼ੁਭ ਕਰਨ ਦੀ ਮੌਤ 'ਤੇ ਮੈਨੂੰ ਅਫਸੋਸ ਹੈ, ਸਾਡੇ ਸ਼ੁਭ ਕਰਨਾਂ 'ਤੇ ਗੋਲੀਆਂ ਨਾ ਚਲਾਓ, ਸਾਡੀਆਂ ਕੁਰਸੀਆਂ ਕੋਈ ਮਾਇਨੇ ਨਹੀਂ ਰੱਖਦੀਆਂ, ਤੁਸੀਂ ਧਮਕੀਆਂ ਦੇ ਰਹੇ ਹੋ। ਕੈਰੋ ਸਾਹਿਬ ਤੋਂ ਬਾਅਦ, ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮੈਨੂੰ ਪਹਿਲਾ SSCM ਨੇ ਸਟੇਟਮੈਂਟ ਦਿੱਤੀ ਆ, ਬਾਕੀ ਖੁਦਾ ਜਾਣਦਾ, ਗੁਰੂ ਘਰ ਜਾਣਦਾ। ਪਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ, ਕਿ ਆਪਣਾ ਤਾਂ ਤੁਹਾਡਾ ਸਵਾਲ ਨਹੀਂ, ਸਾਰੇ ਦੇਸ਼ ਦਾ ਸਵਾਲ, ਕਿ ਆਪਾਂ ਆਪਣੇ ਘਰਾਂ 'ਚ ਬਾਰਡਰ ਬਣਾਵਾਂਗੇ, ਅੱਗੇ ਹਿੰਦੁਸਤਾਨ ਦੀ ਵੰਡ ਘੱਟ ਹੋਈ ਆ, ਆਪਾਂ ਪਾਕਿਸਤਾਨ ਬਣਾ ਤਾ, ਗੋਰੇ ਬਣਾ ਕੇ ਚਲੇ ਗਏ, ਆਪਾਂ ਆਪਣੇ ਭਾਈਆਂ ਨੂੰ ਅਲੱਗ ਕਰਤਾ, ਕਿੱਡਾ ਵੱਡਾ ਹਿੰਦੁਸਤਾਨ ਦੇਸ਼ ਤਿੱਬਤ ਤੱਕ ਉਹ ਆਪਾਂ ਅਲੱਗ ਕਰਤਾ, ਹੁਣ ਆਪਾਂ ਇਹੋ ਜਿਹੇ ਬਾਰਡਰ ਬਣਾ ਕੇ ਤਾਂ ਪਤੀ ਕਿ ਦੂਜੇ ਦਿਨਾਂ 'ਚ ਫਰਕ ਪਾਉਣਾ, ਇਹ ਫਰਕ ਨਹੀਂ ਪੈਣਾ। ਇਸ ਦੇਸ਼ ਦੇ ਵਿੱਚ ਕਦੇ ਵੀ ਡਿਕਟੇਟਰਸ਼ਿਪ ਅਤੇ ਛਿੱਤਰਾਂ ਨਾਲ ਕੰਮ ਨਹੀਂ ਚੱਲਦਾ, ਇੱਥੇ ਚੱਲਣਾ ਕੰਮ ਪਿਆਰ ਨਾਲ, ਸਤਿਕਾਰ ਨਾਲ, ਭਾਈਚਾਰੇ ਨਾਲ। ਮੈਂ ਤਾਂ ਕਹਿੰਦਾ ਵੀ ਸਾਰੇ ਬੰਦੇ ਇੱਕ ਵੱਡਾ ਸਾਰਾ ਬਾਟਾ ਭਰ ਲਓ ਅਤੇ ਇੱਕ ਇੱਕ ਗਲਾਸ ਖੂਨ ਦਾ ਸਾਰੇ ਪਾਓ ਅਤੇ ਵਿੱਚ ਦਈਏ ਮਿਲਾ, ਅਤੇ ਫਿਰ ਮੈਨੂੰ ਦੱਸੇ ਪਾਈਏ ਖੂਨ ਕੀ ਦਾ। ਇੰਨੀ ਗੱਲ, ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰ ਕੇ ਜੋ ਇੱਥੇ ਆਉਣਾ ਅਤੇ ਜਿਉਂਦੇ ਜੀ ਅੱਜ ਇਹ ਚੰਗੇ ਤਾਂ ਘਰ ਹੀ ਹੈ, ਇਹੀ ਘਰ ਹੈ, ਇਸ ਲਈ ਜਿਹੜਾ ਤੁਸੀਂ ਸਵਾਲ ਪੁੱਛਿਆ, ਇਹੀ ਬਾਪੂ ਨੇ, ਇਹੀ ਵੱਡ ਵਡੇਰੇ ਨੇ, ਇਹੀ ਸ਼ਹੀਦ ਸਿੰਘ ਨੇ, ਬਾਬਾ ਦੀਪ ਸਿੰਘ ਜੀ ਬਾਪੂ ਜੀ ਮੇਰੇ, ਅਤੇ ਮੈਂ ਤਾਂ ਇਸ ਡਰ ਦਾ ਭਾਈ ਕੁੱਕਰ ਆ, ਕੁੱਤਾ, ਅਤੇ ਇੰਨੀ ਕੁ ਜੋਗਾ ਬਸ ਰੱਬ ਮੈਨੂੰ ਬਣਾ ਦੇਵੇ ਵੀ ਜੇ ਮਰਾਂ ਤਾਂ ਤੇਰੇ ਚਰਨਾਂ 'ਚ ਆਉਂਦਾ, ਬਸ ਇੰਨੀ ਕਿਰਪਾ, ਹੁਕਮ ਕਰੋ। ਪਹਿਲਾਂ ਤਾਂ ਬਾਈ ਜੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਕਿ ਪੰਜਾਬੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਔਰ ਸਾਰਾ ਪੰਜਾਬ, ਸਾਰਾ ਦੇਸ਼, ਸਾਰਾ ਮੈਨੂੰ ਬੜਾ ਹਮ ਪਿਆਰਾ ਹੈ। ਹਰੇਕ ਬੰਦੇ ਡਿਊਟੀ ਲੱਗੀ ਅਤੇ ਮੇਰਾ ਖਿਆਲ ਮੇਰੀ ਡਿਊਟੀ ਲੱਗੀ ਹੈ ਵੀ ਫਿਲਮਾਂ ਦੇ ਵਿੱਚੋਂ ਦੀ ਆਪਾਂ ਆਪਣੀ ਪੰਜਾਬੀਅਤ ਨੂੰ ਕਾਇਮ ਕਰਨਾ। ਮੈਂ ਕੋਸ਼ਿਸ਼ ਕਰ ਰਿਹਾ 52-53 ਸਾਲ ਤੋਂ, ਲੇਕਿਨ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਬਣੀਆਂ ਜੀ। ਇਸ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ, ਉਹ ਵੈਸੇ ਲੋਕ ਹੱਸ ਵੀ ਪੈਂਦੇ, ਪਰ ਤੁਹਾਡੇ ਲਈ ਵੀ ਬੜੀ ਕਮਾਲ ਦੀ ਗੱਲ ਹੋਊਗੀ ਵੀ 4 ਪੰਜਾਬੀ ਇਕੱਠੇ ਬਹਿ ਕੇ ਰਾਜੀ ਨਹੀਂ ਹੁੰਦੇ, ਅਤੇ ਜੇ 52 ਕਲਾਕਾਰ ਪੰਜਾਬ ਦੇ ਇਕੱਠੇ ਕੰਮ ਕਰ ਰਹੇ, ਕਮਾਲ ਹੈ, ਬੜਾ ਵੱਡਾ ਅਜੂਬਾ ਹੈ ਮੇਰੇ ਲਈ। ਲੇਕਿਨ ਇੰਨੇ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਜਿਹੜਾ ਇੱਕ ਦੂਜੇ ਦਾ ਸਾਥ ਦਿੱਤਾ ਹੈ, ਪ੍ਰੋਡਿਊਸਰ ਦਾ ਸਾਥ ਦਿੱਤਾ ਹੈ, ਇਸ ਫਿਲਮ ਨੂੰ ਇੱਕ ਮੁਕਾਮ 'ਤੇ ਲੈ ਕੇ ਗਏ, ਬੜੀਆਂ ਤਕਲੀਫਾਂ ਇਸ ਫਿਲਮ ਦੇ ਵਿੱਚ ਆਈਆਂ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੁਹਾਡੇ ਵਰਗੇ ਸੱਜਣਾਂ ਨੇ ਕਿਰਪਾ ਕੀਤੀ ਅਤੇ ਫਿਲਮ ਜਿਹੜੀ ਹੈ ਇਹ ਸਿਰੇ ਚੜ੍ਹੀ, ਅਤੇ ਪ੍ਰੋਡਿਊਸਰ ਬੜੇ ਹੀ ਨਫੀਸ ਬੰਦੇ, ਬੜੇ ਚੰਗੇ ਬੰਦੇ ਹੈ। ਸੋ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਰਿਆਂ ਨੇ ਇਕੱਠੇ ਹੋ ਕੇ ਇਸ ਫਿਲਮ ਨੂੰ ਉਭਾਰਿਆ, ਅਤੇ ਇਸ ਫਿਲਮ ਦੇ ਵਿੱਚ ਮੇਰਾ, ਮੈਂ ਕਹਿਣ ਦਾ ਮਤਲਬ ਵੀ ਹੁਣ ਆਪਾਂ ਇੱਥੇ ਆਏ ਹਾਂ, ਸਕੂਨ ਬੜਾ, ਅਤੇ ਫਿਲਮ ਵੀ ਆਪਾਂ ਦੇਖੀ ਤਾਂ ਆਪਾਂ ਨੂੰ ਸਕੂਨ ਹੋਵੇ, ਆਪਾਂ ਹੱਸੀਏ, ਖੇਡੀਏ, ਹੱਸਣਾ ਖੇਡਣਾ ਮਨ ਕਾ ਚਾਓ, ਅਤੇ ਇਸ ਫਿਲਮ ਦੇ ਵਿੱਚ ਹਾਸਾ ਖੇਡਾ ਤਾਂ ਹੈਗਾ ਹੀ ਹੈਗਾ, ਪਰ ਇੱਕ ਬੜਾ ਅੱਛਾ ਕੰਟੈਂਟ ਆ ਲਾਈਫ ਦੇ ਵਿੱਚ, ਜਿੱਦਾਂ ਹੋਰਰ ਕਾਮੇਡੀ ਪਹਿਲੀ ਵਾਰੀ ਆਈ। ਸੋ ਮੈਂ ਸਮਝਦਾ ਕਿ ਸਾਡਾ ਫਰਜ਼ ਬਣਦਾ ਸਾਰਿਆਂ ਦੇ, ਅਸੀਂ ਜਿੰਨੀ ਕੌਮ ਹੈ, ਜਿੰਨੇ ਆਪਣੇ ਲੋਕ ਨੇ, ਉਹਨਾਂ ਨੂੰ ਐਂਟਰਟੇਨ ਕਰ ਸਕੀਏ, ਅਹਿਸਾਸ ਸਕੀਏ, ਉਹਨਾਂ ਦੇ 2 ਘੜੀ 2 ਘੰਟੇ ਵਾਸਤੇ ਦੁੱਖ ਦੂਰ ਕਰ ਸਕੀਏ, ਪ੍ਰੈਸ਼ਰ ਦੂਰ ਕਰ ਸਕੀਏ, ਮੇਰਾ ਤਾਂ ਇਹੀ ਮਕਸਦ ਰਹਿੰਦਾ ਜੀ। ਸਾਰੇ ਦੇਸ਼ ਨੇ ਬੜਾ ਸਾਥ ਦਿੱਤਾ ਜੀ, ਤੁਸੀਂ ਮੁਆਜ਼ਮ ਪ੍ਰੈਸ ਵਾਲੇ ਨੇ ਬੜਾ ਸਾਥ ਦਿੱਤਾ, ਸਾਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ, ਕੋਈ ਇਕੱਲੇ ਕਿਸੇ ਇੱਕ ਪੰਜਾਬ ਦਾ ਸਵਾਲ ਨਹੀਂ, ਕਿਸੇ UP ਦਾ ਸਵਾਲ ਨਹੀਂ, ਸਾਰੇ ਦੇਸ਼ ਜਿਹੜੇ ਵਾਸਤੇ ਕਿਸਾਨ ਹੈ, ਕਿਸਾਨ ਖੇਤੀ ਕਰਦਾ ਹੈ, ਕਿਸਾਨ ਅਨਾਜ ਦਿੰਦਾ, ਤਾਂ ਬਿਲਡਿੰਗਾਂ 'ਤੇ ਅਨਾਜ ਉੱਗਦੇ ਨਹੀਂ, ਅਤੇ ਜੇ ਭੁੱਖੇ ਮਰਨਾ ਤਾਂ ਤੁਸੀਂ ਕਿਸਾਨਾਂ ਨੂੰ ਲੋਨ ਦਿਓ,
ਅਤੇ ਜੇ ਜਿਉਣਾ ਸਾਹ ਲੈਣੇ ਆ ਗੁਰੂ ਜੀ ਨੂੰ ਜਾ ਕੇ ਦਰਸ਼ਨ ਦੇਣੇ ਉਹਦੀ ਕਚਹਿਰੀ 'ਚ ਖੜ੍ਹੇ ਹੋਣਾ ਤਾਂ ਫਿਰ ਕਿਸਾਨਾਂ ਦੇ ਸਾਥ ਮੈਂ ਪਹਿਲਾਂ ਵੀ ਖੜ੍ਹਾ ਸੀ ਅੱਜ ਵੀ ਖੜ੍ਹਾਂ ਅਤੇ ਸ਼ਹੀਦ ਵੀ ਹੋ ਜਾ ਮਰ ਵੀ ਜਾਵਾਂ ਤਾਂ ਵੀ ਕਿਸਾਨਾਂ ਦੇ ਪੰਜਾਬ ਦੀ ਧਰਤੀ ਦੇ ਨਾਲ ਰਹਿਣਾ ਇਕੱਲੇ ਪੰਜਾਬ ਦੀ ਗੱਲ ਨਹੀਂ ਸਾਰੇ ਹਿੰਦੁਸਤਾਨ ਦੀ ਗੱਲ ਹੈ ਮੈਂ ਬੜੀ ਵਾਰੀ ਇਹ ਗੱਲ ਕਹੀ ਹੈ ਦੇਸ਼ ਸਾਡਾ ਕਿਸੇ ਦੇ ਬਾਪ ਦਾ ਨਹੀਂ ਕਿਸੇ ਨੇ ਰਜਿਸਟਰੀ ਨਹੀਂ ਕਰਾਈ ਕਰਾਈ ਹੈ ਹੈਗੀ ਨਾ ਹਿੰਦੁਸਤਾਨ ਐਡਾ ਵੱਡਾ ਵਿਸ਼ਾਲ ਦੇਸ਼ ਸਾਰੇ ਆਪਾਂ ਇਕੱਠੇ ਸਾਰੇ ਧਰਮ ਵਾਲੇ ਸਾਰੇ ਵਰਗ ਵਾਲੇ ਬੰਦੇ ਆਪਾਂ ਇਕੱਠੇ ਰਹਿੰਦੇ ਹਾਂ ਇਹ ਕਾਨੂੰਨ 'ਤੇ ਸਮਝ ਗੁਪਜਿਆ ਕੌਣ ਭਲੇ ਘੁੰਮਦੇ ਇਹ ਇੱਕ ਰਾਜਾ ਗੱਦੀ 'ਤੇ ਬੈਠ ਕੇ ਇਹੋ ਜਿਹਾ ਹੋਣਾ ਚਾਹੀਦਾ ਕਿ ਪੁੰਜੇ ਬਹਿ ਕੇ ਆਖੇ ਭਾਈ ਤੂੰ ਰੋਟੀ ਖਾਧੀ ਹੈ ਤਾਂ ਮੇਰੇ ਢਿੱਡ 'ਚ ਪਾ ਦੇਣੀ ਤਾਂ ਮੈਂ ਨਹੀਂ ਰੋਟੀ ਖਾਣੀ ਅੱਜ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਬਾਕੀ ਤਾਂ ਰੱਬ ਜਾਣਦਾ ਸਵੇਰੇ ਸਵੇਰੇ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ ਬੜਾ ਚੰਗਾ ਲੱਗਿਆ ਬੜਾ ਠੋਕ ਕੇ ਉਹਨਾਂ ਨੇ ਗੱਲ ਕਹੀ ਕਿ ਮੈਂ ਇਹੋ ਜਿਹਾ ਕੁਰਸੀਆਂ ਨੂੰ ਲੱਤ ਮਾਰਦਾ ਭਾਵਾਂ ਫਲਾਨਾ ਧੰਕਾ ਜੇ ਮੈਂ ਪੰਜਾਬ ਦੇ ਲੋਕਾਂ ਨਾਲ ਖੜਾਂ ਪੰਜਾਬ ਵਾਸੀਆਂ ਨਾਲ ਖੜਾਂ ਬੜਾ ਚੰਗਾ ਲੱਗਿਆ ਕੈਰੋ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮੈਨੂੰ ਕੋਈ ਪਹਿਲਾਂ ਐਸਾ ਸੀ ਐਮ ਨੇ ਸਟੇਟਮੈਂਟ ਦਿੱਤੀ ਆ ਬਾਕੀ ਖੁਦਾ ਜਾਣਦਾ ਗੁਰੂ ਘਰ ਜਾਣਦਾ ਅਤੇ ਲੇਕਿਨ ਚੰਗਾ ਲੱਗਿਆ ਔਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕੋਈ ਆਪਣਾ ਤਾਂ ਤੁਹਾਡਾ ਸਵਾਲ ਨਹੀਂ ਹੈ ਸਾਰੇ ਦੇਸ਼ ਦਾ ਸਵਾਲ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਬੜੀ ਵਾਰੀ ਕਿਹਾ ਕਿ ਤਪੋ ਰਾਜ ਰਾਜੋ ਨਰਕ ਨਹੀਂ ਹੋਣਾ ਚਾਹੀਦਾ ਤਪੋ ਰਾਜ ਰਾਜੋ ਫਕੀਰੀ ਹੋਣੀ ਚਾਹੀਦੀ ਹੈ ਅਤੇ ਆਪਾਂ ਆਪਣੇ ਘਰਾਂ 'ਚ ਬਾਰਡਰ ਬਣਾਵਾਂਗੇ ਅੱਗੇ ਹਿੰਦੁਸਤਾਨ ਦੀ ਵੰਡ ਘੱਟ ਹੋਈ ਹੈ ਆਪਾਂ ਪਾਕਿਸਤਾਨ ਬਣਾ ਤਾ ਗੋਰੇ ਬਣਾ ਕੇ ਚਲੇ ਗਏ ਆਪਾਂ ਆਪਣੇ ਭਾਈਆਂ ਨੂੰ ਅਲੱਗ ਕਰਤਾ ਕਿੱਡਾ ਵੱਡਾ ਹਿੰਦੁਸਤਾਨ ਦੇਸ਼ ਤਿੱਬਤ ਤੱਕ ਉਹ ਆਪਾਂ ਅਲੱਗ ਕਰਤਾ ਹੁਣ ਆਪਾਂ ਇਹੋ ਜਿਹੇ ਬਾਰਡਰ ਬਣਾ ਕੇ ਤਾਂ ਆਪਾਂ ਦੀਗਰ ਦੂਜੇ ਦਿਨਾਂ 'ਚ ਫਰਕ ਪਾਉਣਾ ਇਹ ਫਰਕ ਨਹੀਂ ਪੈਣਾ ਇਸ ਦੇਸ਼ ਦੇ ਵਿੱਚ ਕਦੇ ਵੀ ਡਿਕਟੇਟਰਸ਼ਿਪ ਅਤੇ ਛਿੱਤਰਾਂ ਨਾਲ ਕੰਮ ਨਹੀਂ ਚੱਲਣਾ ਇੱਥੇ ਚੱਲਣਾ ਕੰਮ ਪਿਆਰ ਨਾਲ ਸਤਿਕਾਰ ਨਾਲ ਭਾਈਚਾਰੇ ਨਾਲ ਮੈਂ ਤਾਂ ਕਹਿੰਦਾ ਵੀ ਸਾਰੇ ਬੰਦੇ ਇੱਕ ਵੱਡਾ ਸਾਰਾ ਬਾਟਾ ਭਰ ਲਓ ਅਤੇ ਇੱਕ ਇੱਕ ਗਲਾਸ ਖੂਨ ਦਾ ਸਾਰੇ ਪਾਓ ਅਤੇ ਵਿੱਚ ਦਈਏ ਮਿਲਾ ਅਤੇ ਫਿਰ ਮੈਨੂੰ ਕੋਈ ਦੱਸੇ ਭਾਈ ਇਹ ਖੂਨ ਕੀ ਦਾ ਇੰਨੀ ਗੱਲ